ਐਸੇ ਖਬਰ ਹੀ ਨਾ ਪਈ ਬੋਲੀਏ ਚੱਕੀਆਂ ਗੁਰੂ ਜੀ ਲੱਗੀ ਹੈ ਗੁਰੂ ਪਟਕੋ ਨਹੀਂ ਹੈ। ਵਾਹੜੇ ਵਾਹ ਦਾਦਨ ਵਾਹ, ਤੁਹਾਡਾ ਮਤਲਬ ਇਹ ਹੋ ਤਾਂ ਗੋਲੀ ਅਚੀ ਆਰਾਮ ਸਾਂ ਗੁਰਗੋ ਜੀ ਟੰਗ ਕੇ ਚੁੰਮਿਓ ਡਈ ਆ ਗੁਜ਼ਰੀ ਵਣੀ। ਦਾਦਨ ਤੋ ਕੀ ਛਾ ਥੀ ਵਿਆ ਹਾਂ ਯਾਰ, ਗੋਲੀ ਗੋਲੀ ਹੁੰਦੀ ਆ, ਗੋਲੀ ਜੋ ਕੋ ਬ ਦੀਨ ਈਮਾਨ ਮਜ਼ਹਬ ਕੋਨ ਥਿੰਦੋ ਆ, ਨਕੀ ਉਹਨਾਂ ਕੇ ਦੀਦ ਹੀ ਥਿੰਦੀ ਆ। ਐਸਾ ਮਾਂ ਬੇ ਤਾਂ ਇਹੋ ਹੀ ਸੋਚਵਾ ਤਾਂ ਗੋਲੀ ਅਚੀ ਲਗੀ ਉਹਨਾਂ ਕੇ ਅਸਾਂ ਛਾ ਥਾ ਕਰੇ ਸਕੋ। ਇਹ ਗੋਲੀ ਤਾਂ ਮੂੰਖੇ ਵੀ ਲੱਗੀ ਸਕੇ ਭਾਈ, ਰੱਬ ਨਾ ਕੰਦੋ ਅਹਿੜੀ ਵਾਹੀ ਤਾਂ ਨਾ ਕੱਢ। ਖੈਰ ਆ, ਆਈਂਦਾ ਥੋੜ੍ਹੋ ਪੰਹਿੰਜੋ ਖਿਆਲ ਰੱਖਜੋ। ਮਾਂ ਉਮੀਦ ਅਲੀ ਵਾਲਿਆਂ ਖੇ ਬਿ ਵਾਪਸਿ ਮੋਕਲੇ ਛੱਡਿਓ, ਨ ਤਾਂ ਉਹ ਬਿ ਤਾਂ ਸਾਂ ਗੱਲ ਹੋਜਨ ਆ। ਰੇਸਾ ਸਾਂਖੇ ਪੰਹਿੰਜੀ ਹਿਫਾਜ਼ਤ ਜੇ ਲਾਇ ਬਿ ਕੰਹਿੰਜੀ ਜ਼ਰੂਰਤ ਨਾ ਆਏ, ਅਸਾਂਖੇ ਪੰਹਿੰਜੀ ਹਿਫਾਜ਼ਤ ਕਰਨੀ ਹੁੰਦੀ ਆ। ਰੱਬੂ ਜਾ ਭਾਗ ਆ ਜੋ ਪਾਣ ਬਿ ਬਚੀ ਵਿਓ ਐਂ, ਅਸਾਂਜੋ ਮਾਣੂ ਬਿ ਜ਼ਖਮੀ ਕਰੇ ਵਿਓ। ਦਾਦਾ ਨਾ ਰੱਬੂ ਜਾ ਭਾਗ ਹਰ ਹੰਧ ਕੰਮ ਕੋਨ ਈਂਦਾ ਨ ਉਹਨਾਂਖੇ। ਬਾਕੀ ਹਿਕੜੀ ਗਾਲ੍ਹ ਚਵਾਂ ਤੋ, ਹਿਤੇ ਓਤਾ ਕਮੇ ਉਹਨਾਂ ਸਾਂ ਨਿਬੜਜੋ। ਇਹੋ ਇਨ ਹੀ ਕਰੇ ਜੋ ਰਬੂ ਸੰਗਾਰ ਸਾਂ ਮਿਲਣ ਥੋ ਅਚੇ, ਤਵਾਂ ਮੂੰ ਸਾਂ ਮਿਲਣ ਥਾ ਅਚੋ, ਬਈ ਹਿਕ ਬੇ ਕੇ ਡਿਸੀ ਬਿ ਅਣ ਡਿਠੋ ਕਰੇ ਹਲਿਆ ਵੀਂਦਾ ਕਿਉ। ਰੈਸ ਅਸਾਂ ਏਤਰਾ ਵਯਲ ਨਾਹੀਂ, ਹਿਤੇ ਕੈਸਾ ਵਿੜਦਾਸੀਂ। ਹਾਂ ਰੈਸ, ਹਿਤਾਂ ਈਂ ਹਲਿਆ ਵੀਂਦਾਸੀਂ ਜੋ ਕਿ ਖਬਰ ਹੀ ਨਾ ਪਵੰਦੀ। ਬਾਕੀ ਫਿਲਹਾਲ ਰੱਬੂ ਜੋ ਸਿਤਾਰੋ ਅਸਾਂ ਤੇ ਹਾਵੀ ਆ, ਕਦੇ ਨੁਕਸਾਨ ਦੇਈ ਹਲਿਓ ਥੋ ਵਣੀ। ਵਡਾ ਰੱਬੂ ਸਾਂ ਗੱਡ ਰੱਬੂ ਜੇ ਸਿਤਾਰੇ ਖੇ ਬਿ ਉਲਟੋ ਕਯੋ ਤਡੇ ਮੰਜੀਂਦੋ ਸਾਂ। ਰੈਸਾ ਸਾਂ ਹਾਣੇ ਰੱਬੂ ਜੇ ਲਾਇ ਅਹਿੜੋ ਤ ਜਾਰੂ ਛਾਈਂਦਾਸੀਂ ਜੋ ਰੱਬੂ ਪੰਹਿੰਜੀ ਸੰਗਤ ਸਮੇਤ ਫਾਸੰਦੋ ਹੁਣ ਜਾਰ ਮੇਂ। ਰੈਸ ਅਹਿੜੀ ਤਰ੍ਹਾਂ ਫਾਸੰਦੋ ਜੋ ਫਤਕੀ ਬਿ ਨਾ ਸਕੰਦੋ। ਓ ਯੋ ਰੱਬੂ ਪਾਣੀ ਸੋਚੀਂਦੋ ਤ ਫਾਸਣ ਕਾਂ ਪੋਏ ਫਤਕਣ ਕਿਹੜੋ। ਰੈਸ ਜੇਕਰੇ ਰੱਬੂ ਫਾਸਣ ਕਾਂ ਪੋਏ ਫਤਕਣ ਜੀ ਕੋਸ਼ਿਸ਼ ਬਿ ਕਈ ਨਾ, ਫਤਕਣ ਬਿ ਕੋਨ ਡੀਂਦਾਸੀਂ। ਦਾਦਾ ਰੱਬੂ ਜਿੱਤੇ ਬਿ ਤਾਂਖੇ ਨਜ਼ਰ ਅਚੇ ਨ, ਉਨ ਜੂੰ ਟੰਗੂ ਬਾਹੂੰ ਭਨੀ ਬੋਰੀਅ ਮੇਂ ਵਿਝੀ ਸੰਗਾਰ ਖਾਨ ਦੇ ਤੋਹਫ਼ੋ ਕਰੇ ਮੋਕਲਿਓ, ਤ ਭਲੀ ਉਨ ਖੇ ਖਬਰ ਪਵੇ ਤ ਸਾਲਾਰ ਖਾਨ ਕਿਹੜੀ ਬਲਾ ਜੋ ਨਾਲੋ ਆ। ਓਏ ਖਬਰ ਬਿ ਪੈਜੀ ਵੀਂਦਸਿ ਤ ਸਾਲਾਰ ਤਲਵਾਰ ਸਾਂ ਚਹਿ ਬਿ ਤਕੜ ਕਈ ਉਹ ਕਪਜੀ ਵੀਂਦੋ।